ਦੇ ਵਿੱਚ ਇੱਕ ਮੁਕੱਦਮਾ 22/6 ਨੂੰ ਦਰਜ ਹੋਇਆ 22 ਜੂਨ ਨੂੰ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਕਿ ਇੱਕ ਗੌਰਵ ਕੁਮਾਰ ਨਾਮ ਦਾ ਲੜਕਾ ਕਨੌਲੀ ਦੇ ਰਹਿਣ ਵਾਲਾ ਉਹਨੂੰ ਅਰੈਸਟ ਕੀਤਾ ਗਿਆ ਸੀਗਾ ਉਹਨੂੰ ਅਰੈਸਟ ਕਰਨ ਦੇ ਉੱਪਰ ਉਹਦੇ ਕੋਲ 300 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸ ਸਮੇਂ ਦੇ ਉੱਪਰ ਜੋ ਕਿ ਇਹਦੀ ਆਪਣੀ ਆਪਣੀ ਤਫਤੀਸ਼ ਦੇ ਵਿੱਚ 2 ਹੋਰ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ ਕਿ ਸੰਦੀਪ ਸਿੰਘ ਨਾਲਾਗੜ੍ਹ ਦਾ ਰਹਿਣ ਵਾਲਾ ਅਤੇ ਇੱਕ ਸੁਖਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਇਹਨਾਂ ਦੋਨਾਂ ਦੀ ਮਗਰ ਕਾਫੀ ਦੇਰ ਤੋਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਸੀ ਜਿਸ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ 29 ਨੂੰ ਆਪਾਂ 4 ਡਰੱਗ ਸਮਗਲਰਸ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਜਿਹਨਾਂ ਦੇ ਕੋਲੋਂ 1 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਹੈਗੀ ਹੈ ਅਤੇ ਇਸ ਤੋਂ ਇਲਾਵਾ ਇੱਕ ਫਾਰਚੂਨਰ ਗੱਡੀ ਜਿਹੜੀ ਹੈਗੀ ਉਹ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਕੁਝ ਡਰੱਗ ਮਨੀ ਅਤੇ ਇਹਨਾਂ ਦੇ ਕੋਲੋਂ ਗੋਲਡ ਜਿਹੜਾ ਹੈਗਾ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੀ ਜਿਹੜੀ ਕੋਈ ਪ੍ਰੋਪਰਟੀਜ਼ ਇਹਨਾਂ ਨੇ ਬਣਾਈਆਂ ਹੈਗੀਆਂ ਉਹਨਾਂ ਦੇ ਵੱਖਰੇ ਤੌਰ ਦੇ ਉੱਪਰ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਕਿ ਆਪਾਂ ਹੋਰ 2 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਇਹਨਾਂ ਦੀ ਪ੍ਰੋਪਰਟੀ ਫ੍ਰੀਜ਼ ਕਰਾਉਣ ਦੇ ਲਈ ਵੀ ਕੇਸ ਅਸੀਂ ਮੂਵ ਕਰ ਰਹੇ ਹਾਂ ਉਦੋਂ ਕੰਪੀਟੈਂਟ ਅਥਾਰਟੀ ਜਿਹੜੀ ਦਿੱਲੀ ਦੇ ਵਿੱਚ ਕੰਪੀਟੈਂਟ ਅਥਾਰਟੀ ਇਸ ਚੀਜ਼ ਵਿੱਚ ਐਨਡੀਪੀਐਸ ਐਕਟ ਵਿੱਚ ਬਣਾਈ ਗਈ ਹੈ ਅੱਛਾ ਬੈਕਗ੍ਰਾਉਂਡ ਕਿਆ ਹੈ ਇਹਨਾਂ ਦਾ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਹੈਗਾ ਸੂਨ ਲਾਲ ਇਲੀਅਸ ਕਾਲਾ ਜੋ ਕਿ ਰਹਿਣ ਵਾਲਾ ਹੈਗਾ ਆਪਣੇ SBS ਨਗਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਦੇ ਉੱਪਰ ਪਹਿਲੇ ਵੀ ਪਰਚੇ 8 ਪਰਚੇ ਦਰਜ ਹਨ ਇਸ ਤੋਂ ਇਲਾਵਾ ਇਹ ਇੱਕ ਕਮਰਸ਼ੀਅਲ ਕੁਆਂਟੀ ਦੇ ਕੇਸ 520 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸ ਕੇਸ ਦੇ ਵਿੱਚ ਮੀਟਿੰਗਾਂ ਥਾਣੇ ਦਾ ਇਹ ਪ੍ਰੋਕਲੇਮ ਡਿਫੈਂਡਰ ਵੀ ਹੈ ਇਹ ਜਦ ਤੋਂ ਬਾਹਰ ਆਇਆ ਹੈ ਉਸ ਤੋਂ ਬਾਅਦ ਜਾਂ ਇਸੀ ਚੀਜ਼ ਦੇ ਵਿੱਚ ਕੰਮ ਚੱਲ ਰਿਹਾ ਸੀ ਇਸ ਤੋਂ ਇਲਾਵਾ ਇਹਦੇ ਨਾਲ ਇਹਦੇ ਹੋਰ ਵੀ ਸਾਨੂੰ 2 ਸਾਥੀ ਆਈਡੈਂਟੀਫਾਈ ਹੋਏ ਹਨ ਜਿਹੜੇ ਕਿ ਇਹ ਹੈਰੋਇਨ ਜਿਹੜੀ ਕਿ ਟੋਬੈਕੋ ਲਿੰਕੇਜ ਸਾਨੂੰ ਆਈਡੈਂਟੀਫਾਈ ਹੋਏ ਹਨ ਜਿਹਨਾਂ ਦੇ ਉੱਪਰ ਅਸੀਂ ਤੱਕ ਇਹਦੇ ਵਿੱਚ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਕਿ ਇਹਨਾਂ ਦੀ ਆਪਾਂ ਬੈਕਵਰਡ ਲਿੰਕੇਜ ਵਰਕਆਊਟ ਕੀਤੀ ਹੈ ਇਹ ਆਪਣੇ ਬਾਰਡਰ ਏਰੀਆਜ਼ ਦੇ ਵਿੱਚੋਂ ਲੈ ਕੇ ਆਉਂਦੇ ਸੀ ਉਹਦੇ ਵਿੱਚ ਵੀ ਸਾਡੀ ਆਈਡੈਂਟੀਫਿਕੇਸ਼ਨ ਹੋਈ ਅੱਗੇ ਬੰਦਿਆਂ ਦੀ ਆਪਾਂ ਉਹਨਾਂ ਨੂੰ ਜਲਦੀ ਹੀ ਫੜਨ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਅਤੇ ਅੱਗੇ ਵੇਚਦੇ ਸੀ ਜਾਂ ਕਿਸ ਤਰ੍ਹਾਂ ਇਹ ਇਹਨਾਂ ਦੇ ਆਪਣੇ ਪੱਕੇ ਨੈਟਵਰਕ ਸੀ ਜਿਹਨਾਂ ਬੰਦਿਆਂ ਨੂੰ ਇਹ ਸਪੈਸੀਫਿਕਲੀ ਇਹ ਦਿੰਦੇ ਸੀਗੇ ਅੱਗੇ ਵੇਚਣ ਦੇ ਲਈ ਇਹ ਪ੍ਰਚੂਨ ਤੌਰ 'ਤੇ ਇਹ ਆਪ ਨਹੀਂ ਵੇਚਦੇ ਸੀ ਇਹ ਲਾਰਜਰ ਕੁਆਂਟਿਟੀ ਦੇ ਵਿੱਚ ਵੇਚਦੇ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਗਲੇ ਆਪਣੇ ਜਿਹੜੇ ਸਪਲਾਇਰ ਕਹਿ ਲਈਏ ਆਪਾਂ ਜਾਂ ਜਿਹੜੇ ਅਗਲੇ ਦੇ ਬੰਦੇ ਸੀਗੇ ਉਹ ਫਿਰ ਇਹਨੂੰ ਪ੍ਰਚੂਨ ਤੌਰ ਦੇ ਉੱਪਰ ਅੱਗੇ ਵੇਚਦੇ ਸੀ ਅੱਛਾ ਕਿੰਨੇ ਦੋਸ਼ੀ ਗ੍ਰਿਫਤਾਰ ਹਨ ਹੁਣ ਤੱਕ ਇਹਦੇ ਵਿੱਚ 4 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਸਰ ਲੜਕੀ ਦੀ ਕੀ ਭੂਮਿਕਾ ਰਹੀ ਹੈ ਜਿਹੜੀ ਇਹ ਲੜਕੀ ਹੈਗੀ ਇਹ ਇਹਦੇ ਵਿੱਚ ਐਕਟਿਵਲੀ ਇਨਵੋਲਵਡ ਸੀ ਇਸ ਤੋਂ ਇਲਾਵਾ ਜਦੋਂ ਇਹਦਾ ਹਸਬੰਡ ਜੇਲ੍ਹ ਦੇ ਵਿੱਚ ਸੀ ਉਸ ਟਾਈਮ ਦੇ ਉੱਪਰ ਵੀ ਇਹ ਉਹਦਾ ਕੰਮ ਉਸ ਤੋਂ ਬਾਅਦ ਦੇਖਦੀ ਰਹੀ ਇਹ ਆਪਣੇ 2 ਇਸ਼ੂਜ਼ ਹੈਗੇ ਨੇ ਇਹਦੇ ਵਿੱਚ ਇੱਕ ਮੁਕੱਦਮਾ 22/6 ਨੂੰ ਦਰਜ ਹੋਇਆ 22 ਜੂਨ ਨੂੰ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਕਿ ਇੱਕ ਗੌਰਵ ਕੁਮਾਰ ਨਾਮ ਦਾ ਲੜਕਾ ਕਨੌਲੀ ਦੇ ਰਹਿਣ ਵਾਲਾ ਉਹਨੂੰ ਅਰੈਸਟ ਕੀਤਾ ਗਿਆ ਸੀਗਾ ਉਹਨੂੰ ਅਰੈਸਟ ਕਰਨ ਦੇ ਉੱਪਰ ਉਹਦੇ ਕੋਲ 300 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸ ਸਮੇਂ ਦੇ ਉੱਪਰ ਜੋ ਕਿ ਇਹਦੀ ਆਪਣੀ ਆਪਣੀ ਤਫਤੀਸ਼ ਦੇ ਵਿੱਚ 2 ਹੋਰ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ ਕਿ ਸੰਦੀਪ ਸਿੰਘ ਨਾਲਾਗੜ੍ਹ ਦਾ ਰਹਿਣ ਵਾਲਾ ਅਤੇ ਇੱਕ ਸੁਖਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਇਹਨਾਂ ਦੋਨਾਂ ਦੀ ਮਗਰ ਕਾਫੀ ਦੇਰ ਤੋਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਸੀ ਜਿਸ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ 29 ਨੂੰ ਆਪਾਂ 4 ਡਰੱਗ ਸਮਗਲਰਸ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਜਿਹਨਾਂ ਦੇ ਕੋਲੋਂ 1 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਹੈਗੀ ਹੈ ਅਤੇ ਇਸ ਤੋਂ ਇਲਾਵਾ ਇੱਕ ਫਾਰਚੂਨਰ ਗੱਡੀ ਜਿਹੜੀ ਹੈਗੀ ਉਹ ਬਰਾਮਦ ਹੋਈ ਇਸ ਤੋਂ ਇਲਾਵਾ ਕੁਝ ਡਰੱਗ ਮਨੀ ਅਤੇ ਇਹਨਾਂ ਦੇ ਕੋਲੋਂ ਗੋਲਡ ਜਿਹੜਾ ਹੈਗਾ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੀ ਜਿਹੜੀ ਕੋਈ ਪ੍ਰੋਪਰਟੀਜ਼ ਇਹਨਾਂ ਨੇ ਬਣਾਈਆਂ ਹੈਗੀਆਂ ਉਹਨਾਂ ਦੇ ਵੱਖਰੇ ਤੌਰ ਦੇ ਉੱਪਰ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਕਿ ਆਪਾਂ ਹੋਰ 2 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਇਹਨਾਂ ਦੀ ਪ੍ਰੋਪਰਟੀ ਫ੍ਰੀਜ਼ ਕਰਾਉਣ ਦੇ ਲਈ ਵੀ ਕੇਸ ਅਸੀਂ ਮੂਵ ਕਰ ਰਹੇ ਹਾਂ ਉਦੋਂ ਕੰਪੀਟੈਂਟ ਅਥਾਰਟੀ ਜਿਹੜੀ ਦਿੱਲੀ ਦੇ ਵਿੱਚ ਕੰਪੀਟੈਂਟ ਅਥਾਰਟੀ ਇਸ ਚੀਜ਼ ਵਿੱਚ ਐਨਡੀਪੀਐਸ ਐਕਟ ਵਿੱਚ ਬਣਾਈ ਗਈ ਹੈ ਅੱਛਾ ਬੈਕਗ੍ਰਾਉਂਡ ਕਿਆ ਹੈ ਇਹਨਾਂ ਦਾ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਹੈਗਾ ਸੂਨ ਲਾਲ ਇਲੀਅਸ ਕਾਲਾ ਜੋ ਕਿ ਰਹਿਣ ਵਾਲਾ ਹੈਗਾ ਆਪਣੇ SBS ਨਗਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਦੇ ਉੱਪਰ ਪਹਿਲੇ ਵੀ ਪਰਚੇ 8 ਪਰਚੇ ਦਰਜ ਹਨ ਇਸ ਤੋਂ ਇਲਾਵਾ ਇਹ ਇੱਕ ਕਮਰਸ਼ੀਅਲ ਕੁਆਂਟੀ ਦੇ ਕੇਸ 520 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸ ਕੇਸ ਦੇ ਵਿੱਚ ਮੀਟਿੰਗਾਂ ਨੇ ਥਾਣੇ ਦਾ ਇਹ ਪ੍ਰੋਕਲੇਮ ਡਿਫੈਂਡਰ ਵੀ ਹੈ ਇਹ ਜਦ ਤੋਂ ਬਾਹਰ ਆਇਆ ਹੈ ਉਸ ਤੋਂ ਬਾਅਦ ਜਾਂ ਇਸੀ ਚੀਜ਼ ਦੇ ਵਿੱਚ ਕੰਮ ਚੱਲ ਰਿਹਾ ਸੀ ਇਸ ਤੋਂ ਇਲਾਵਾ ਇਹਦੇ ਨਾਲ ਇਹਦੇ ਹੋਰ ਵੀ ਸਾਨੂੰ 2 ਸਾਥੀ ਆਈਡੈਂਟੀਫਾਈ ਹੋਏ ਹਨ ਜਿਹੜੇ ਕਿ ਇਹ ਹੈਰੋਇਨ ਜਿਹੜੀ ਕਿ ਟੋਬੈਕੋ ਲਿੰਕੇਜ ਸਾਨੂੰ ਆਈਡੈਂਟੀਫਾਈ ਹੋਏ ਹਨ ਜਿਹਨਾਂ ਦੇ ਉੱਪਰ ਅਸੀਂ ਇਹਦੇ ਵਿੱਚ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਕਿ ਇਹਨਾਂ ਦੀ ਆਪਾਂ ਬੈਕਵਰਡ ਲਿੰਕੇਜ ਵਰਕਆਊਟ ਕੀਤੀ ਹੈ ਇਹ ਆਪਣੇ ਬਾਰਡਰ ਏਰੀਆਜ਼ ਵਿੱਚੋਂ ਲੈ ਕੇ ਆਉਂਦੇ ਸੀ ਉਹਦੇ ਵਿੱਚ ਵੀ ਸਾਡੀ ਆਈਡੈਂਟੀਫਿਕੇਸ਼ਨ ਹੋਈ ਅੱਗੇ ਬੰਦਿਆਂ ਦੀ ਆਪਾਂ ਉਹਨਾਂ ਨੂੰ ਜਲਦੀ ਹੀ ਫੜਨ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਅਤੇ ਅੱਗੇ ਵੇਚਦੇ ਸੀ ਜਾਂ ਕਿਸ ਤਰ੍ਹਾਂ ਇਹ ਇਹਨਾਂ ਦੇ ਆਪਣੇ ਪੱਕੇ ਨੈਟਵਰਕ ਸੀ ਜਿਹਨਾਂ ਬੰਦਿਆਂ ਨੂੰ ਇਹ ਸਪੈਸੀਫਿਕਲੀ ਇਹ ਦਿੰਦੇ ਸੀਗੇ ਅੱਗੇ ਵੇਚਣ ਦੇ ਲਈ ਇਹ ਪ੍ਰਚੂਨ ਤੌਰ 'ਤੇ ਇਹ ਆਪ ਨਹੀਂ ਵੇਚਦੇ ਸੀ ਇਹ ਲਾਰਜਰ ਕੁਆਂਟਿਟੀ ਦੇ ਵਿੱਚ ਵੇਚਦੇ ਸੀਗੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਗਲੇ ਆਪਣੇ ਜਿਹੜੇ ਸਪਲਾਇਰ ਕਹਿ ਲਈਏ ਆਪਾਂ ਜਾਂ ਜਿਹੜੇ ਅਗਲੇ ਦੇ ਬੰਦੇ ਸੀਗੇ ਉਹ ਫਿਰ ਇਹਨੂੰ ਪ੍ਰਚੂਨ ਤੌਰ ਦੇ ਉੱਪਰ ਅੱਗੇ ਵੇਚਦੇ ਸੀ ਅੱਛਾ ਕਿੰਨੇ ਦੋਸ਼ੀ ਗ੍ਰਿਫਤਾਰ ਹਨ ਹੁਣ ਤੱਕ ਇਹਦੇ ਵਿੱਚ 4 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਸਰ ਲੜਕੀ ਦੀ ਕੀ ਭੂਮਿਕਾ ਰਹੀ ਹੈ ਜਿਹੜੀ ਇਹ ਲੜਕੀ ਹੈਗੀ ਇਹ ਇਹਦੇ ਵਿੱਚ ਐਕਟਿਵਲੀ ਇਨਵੋਲਵਡ ਸੀਗੀ ਇਸ ਤੋਂ ਇਲਾਵਾ ਜਦੋਂ ਇਹਦਾ ਹਸਬੰਡ ਜੇਲ੍ਹ ਦੇ ਵਿੱਚ ਸੀ ਉਸ ਟਾਈਮ ਦੇ ਉੱਪਰ ਵੀ ਇਹ ਉਹਦਾ ਕੰਮ ਉਸ ਤੋਂ ਬਾਅਦ ਦੇਖਦੀ ਰਹੀ